ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋਈ ਸਾਰੇ ਵਧੀਆ ਹੀ ਠੀਕ ਠਾਕ ਹੀ ਤੇ ਅੱਜ ਦੀ ਤੁਹਾਨੂੰ ਨਿਊ ਅਪਡੇਟ ਦੰਦੇ ਆ ਤੇ ਸਭ ਤੋਂ ਪਹਿਲਾਂ ਦੇਖਦੇ ਆਂ ਜੀ ਆਪਾਂ ਇਟਲੀ ਦੀ ਸਿਚੁਏਸ਼ਨ ਤੇ ਉਸ ਤੋਂ ਬਾਅਦ ਜਿਹੜੀਆਂ ਅੱਜ ਰਾਤ ਤੋਂ ਜਿਹੜੇ ਕੀ ਨਵੇਂ ਕਾਨੂੰਨ ਆਈ ਕੁਝ ਲਾਗੂ ਹੋ ਰਹੇ ਆਂ ਜੀ ਲੰਬਾਰਦੀਆ ਸਟੇਟ ਦੇ ਵਿੱਚ ਰਹਿ ਰਹੇ ਆਂ ਜੀ ਦੂਸੇ ਤਾਂ ਉਹਦੇ ਬਾਰੇ ਤੁਹਾਨੂੰ ਅਪਡੇਟ ਦਵਾਂਗੇ ਤੇ ਸਭ ਤੋਂ ਪਹਿਲਾਂ ਹੀ ਆਪਾਂ ਦੇਖਦੇ ਆਂ ਅੱਜ ਜਿਹੜੇ ਨਿਊ ਕੇਸ ਆਏ ਆ ਤੇ ਕਿੰਨਿਆਂ ਦੀ ਅੱਜ ਡੈਥ ਹੋਈ ਆ ਤਾਂ ਅੱਜ ਜਿਹੜੇ ਇਟਲੀ ਦੇ ਵਿੱਚ ਨਿਊ ਕੇਸ ਆਏ ਆ 24036 ਅੱਜ ਨਿਊ ਕੇਸ ਆਏ ਆ ਤੇ ਜਿਹੜੀ ਅੱਜ ਡੈਥ ਹੋਈ ਆਈ 297 ਬੰਦੇ ਦੀ ਡੈਥ ਹੋਈ ਆ ਤੇ ਹੁਣ ਤੱਕ ਹੀ ਟੋਟਲ ਲਿਥਲੀ ਦੇ ਵਿੱਚ ਜਿਹੜੀ ਡੈਥ ਹੋਈ ਆਈ ਕੋਵਿਡ ਦੇ ਕਰਕੇ 99271 ਬੰਦੇ ਦੀ ਡੈਥ ਹੋ ਚੁੱਕੀ ਆ ਤੇ ਗੱਲ ਕਰੀਏ ਆਪਾਂ ਟੋਟਲ ਕੇਸਾਂ ਦੀ ਤਾਂ ਟੋਟਲ ਜਿਹੜੇ ਕੇਸ ਆਏ ਉਹ 3023129 ਹੋ ਚੁੱਕੇ ਆ ਤੇ ਇਹਦੇ ਵਿੱਚੋਂ ਠੀਕ ਹੋਣ ਵਾਲੀ ਗਿਣਤੀ ਹੈਗੀ ਆਈ 2467388 ਬੰਦਾ ਠੀਕ ਹੋ ਚੁੱਕੇ ਆ ਤੇ ਜੇ ਗੱਲ ਕਰੀਏ ਆਈ ਆਪਾਂ ਐਕਟਿਵ ਕੇਸਾਂ ਦੀ ਵੀ ਜਿਹੜੇ ਇਸ ਟਾਈਮ ਹੀ 80 ਦੇ ਵਿੱਚ ਪੋਜ਼ਿਟਿਵ ਬੰਦੇ ਆ ਤਾਂ ਇਹ 456470 ਬੰਦਾ ਆਈ ਪੋਜ਼ਿਟਿਵ ਆ ਤੇ ਜਿਹੜੇ ਆਈਸੀਯੂ ਦੇ ਵਿੱਚ ਆਈ ਸੀਰੀਅਸ ਕੰਡੀਸ਼ਨ ਦੇ ਵਿੱਚ ਆਈ ਜਿਹੜੇ ਐਮਰਜੈਂਸੀ ਵਾਰਡ ਦੇ ਵਿੱਚ ਆਈ ਉਹ ਹੈਗਾ 2525 ਬੰਦਾ ਤੇ ਹੁਣ ਆਪਾਂ ਚੱਲਦੇ ਆਈ ਜਿਹੜੀਆਂ ਕੁਝ ਨੈਕਸਟ ਅਪਡੇਟਾਂ ਤੇ ਉਸ ਤੋਂ ਜਾਣ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆਈ ਚੈਨਲ ਨੂੰ ਹਜੇ ਤੱਕ ਆਪਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਘੰਟੀ ਵਾਲੀ ਬੈਲ ਨੂੰ ਦਬਾ ਲਿਓ ਤਾਂ ਕਿ ਜਿਹੜੀਆਂ ਕੁਝ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਹੀ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੇ ਕਰੋ ਹੀ ਤਾਂ ਕਿ ਜਿਹੜੀ ਆਪਣੀ ਵੀਡੀਓ ਹੀ ਹੋਰ ਤੱਕ ਵੀ ਪਹੁੰਚ ਸਕੇ ਵੀ ਜਿਹੜੀ ਇਹ ਇਨਫਰਮੇਸ਼ਨ ਹੈ ਹੀ ਸਾਰਿਆਂ ਤੱਕ ਪਹੁੰਚ ਸਕੇ ਤੇ ਹੁਣ ਚਲਦੇ ਆਂ ਅਗਲੀ ਅਪਡੇਟ ਵੱਲ ਜਿਹੜੀ ਕਿ ਲੰਬਾਰਡੀਆ ਸਟੇਟ ਤੋਂ ਆ ਰਹੀ ਆ ਤਾਂ ਅੱਜ ਰਾਤ ਤੋਂ ਹੀ 12 ਵਜੇ ਤੋਂ ਬਾਅਦ ਤਾਂ ਲੰਬਾਰਡੀਆ ਸਟੇਟ ਨੇ ਹੀ ਡਾਰਕ ਔਰੇਂਜ ਜ਼ੋਨ ਦੇ ਵਿੱਚ ਐਂਟਰ ਹੋ ਜੇਣਾ ਤੇ ਇਹਦੇ ਨਾਲ ਹੀ ਕਿਆ ਕੁਝ ਚੇਂਜਿੰਗ ਹੋਣੀ ਆ ਕੁਝ ਰੂਲਸ ਆ ਜਿਹੜੇ ਉਹ ਚੇਂਜ ਹੋ ਜੇ ਨੇ ਤੇ ਜਿਵੇਂ ਹੁਣ ਡਾਰਕ ਔਰੇਂਜ ਜ਼ੋਨ ਦੇ ਵਿੱਚ ਅੱਜ ਰਾਤ ਤੋਂ ਜਾਣਾ ਤਾਂ ਸਭ ਤੋਂ ਪਹਿਲਾਂ ਇਹ ਜਿਹੜੇ ਸਕੂਲਾਂ ਤੇ ਅਪਡੇਟ ਆ ਰਹੀ ਆ ਵੀ ਜਿਹੜੇ ਸਕੂਲਾਂ ਤਾਂ ਇਹੋ ਸਾਰਿਆਂ ਨੂੰ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਨਰਸਰੀ ਕਲਾਸ ਨੂੰ ਛੱਡ ਕੇ ਹੀ ਤਕਰੀਬਨ ਜਿਹੜੇ ਸਾਰੇ ਸਕੂਲਾਂ ਤਾਂ ਇਹੋ ਬੰਦ ਕਰ ਦਿੱਤੇ ਗਏ ਆ ਵੀ ਇਹ ਜਿਹੜੇ ਸਕੂਲਾਂ ਹੀ ਬੰਦ ਰਹਿਣਗੇ 14 ਮਾਰਚ ਤੱਕ ਜਿਹੜੇ ਸਕੂਲ ਬੰਦ ਰਹਿਣਗੇ ਦੇ ਨਾਲ ਹੀ ਹੁਣ ਆਪਾਂ ਇਹ ਗੱਲ ਕਰੀਏ ਵੀ ਜਿਵੇਂ ਤੁਸੀਂ ਸਮਾਨ ਲੈਣ ਵੀ ਜਾਣਾ ਹੈ ਸੌਦੇ ਲੈਣ ਵੀ ਜਾਣਾ ਤਾਂ ਹੁਣ ਤੁਸੀਂ ਸਿਰਫ ਇੱਕ ਜਾਣਾ ਹੀ ਜਾ ਸਕਦਾ ਜੇ ਤੁਸੀਂ ਮਾਰਕੀਟ ਜਾ ਰਹੇ ਹੋ ਈ ਤੁਹਾਡੇ ਪਿੰਡ ਦੇ ਵਿੱਚ ਪਹਿਲੀ ਗੱਲ ਹੈ ਜੇ ਤੁਹਾਡੇ ਪਿੰਡ ਦੇ ਵਿੱਚ ਮਾਰਕੀਟ ਹੈਗੀ ਆ ਤਾਂ ਤੁਸੀਂ ਉੱਥੀ ਤੋਂ ਸੌਦੇ ਲੋਈ ਰਿਸਕ ਲੈਣ ਦੀ ਕੋਈ ਲੋੜ ਨਹੀਂ ਹੈਗੀ ਜੇ ਤੁਹਾਡੇ ਕੋਈ ਪਿੰਡ ਦੇ ਵਿੱਚ ਮਾਰਕੀਟ ਨਹੀਂ ਹੈਗੀ ਤਾਂ ਤੁਸੀਂ ਉਹ ਤੋਂ ਚਾਤੀ ਫਕਸੇ ਉਹਨੇ ਭਰ ਕੇ ਤਾਂ ਜਦੋਂ ਦੂਜੇ ਪਿੰਡ ਜਾਣਾ ਹੈ ਤਾਂ ਤੁਹਾਡੀ ਗੱਡੀ ਦੇ ਵਿੱਚ ਇੱਕ ਹੀ ਬੰਦਾ ਹੋਣਾ ਚਾਹੀਦਾ ਚਾਹੇ ਤੁਹਾਡੇ ਪਰਿਵਾਰ ਦੇ ਦੋ ਬੰਦੇ ਨਾਲ ਹੋਣ ਤਾਂ ਵੀ ਤੁਹਾਨੂੰ ਜੁਰਮਾਨਾ ਹੋ ਸਕਦਾ ਤੇ ਤੁਸੀਂ ਇੱਕ ਜਣਾ ਹੀ ਸੌਦੇ ਲੈ ਕੇ ਆਉਣੇ ਆ ਤੇ ਨਾਲ ਹੀ ਜਿਵੇਂ ਜਿਹੜੇ ਗਰਾਊਂਡ ਹੁੰਦੇ ਆ ਜਿੱਥੇ ਬੱਚੇ ਖੇਡਦੇ ਹੁੰਦੇ ਆ ਤੇ ਨਾਲ ਹੀ ਜੜੀਆਂ ਪਾਰਕਾਂ ਤਾਂ ਇਹ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਵੀ ਤੁਸੀਂ ਪਾਰਕਾਂ ਦੇ ਵਿੱਚ ਹੁਣ ਜਾ ਨਹੀਂ ਸਕਦੇ ਤੇ ਜੇ ਤੁਹਾਡੇ ਦੋ ਘਰਾਂ ਤਾਂ ਆਈ ਤੁਸੀਂ ਆਪਣੇ ਦੂਜੇ ਘਰ ਦੇ ਵਿੱਚ ਵੀ ਨਹੀਂ ਜਾ ਸਕਦੇ ਵੀ ਬਿਨਾ ਮਤਲਬ ਤੋਂ ਬਿਨਾ ਕੰਮ ਤੋਂ ਤੁਸੀਂ ਆਪਣੇ ਦੂਜੇ ਘਰ ਦੇ ਵਿੱਚ ਜਾ ਨਹੀਂ ਸਕਦੇ ਵੀ ਇਹ ਜਿਹੜੇ ਨਿਊ ਰੂਲਸ ਆਈ ਜਿਹੜੇ ਕੁਝ ਆਪਾਂ ਨੇ ਤੁਹਾਨੂੰ ਦੱਸੇ ਆ ਤੇ ਗੱਲ ਕਰੀਏ ਮਾਸਕ ਦੀ ਤਾਂ ਜਿਹੜਾ ਮਾਸਕ ਆ ਯੋਹੋ ਆਬਲੀਗੋ ਕਰ ਦਿੱਤਾ ਗਿਆ ਜਰੂਰੀ ਕਰ ਦਿੱਤਾ ਗਿਆ ਵੀ ਤੁਹਾਡੇ ਜਿਹੜਾ ਮਾਸਕ ਹਮੇਸ਼ਾ ਲੱਗਿਆ ਹੋਣਾ ਚਾਹੀਦਾ ਜੇ ਤੁਸੀਂ ਆਪਣੇ ਘਰ ਤੋਂ ਬਾਹਰ ਆ ਤੇ ਜ਼ਿਆਦਾਤਰ ਸਲਾਹ ਇਹੀ ਦਿੱਤੀ ਜਾ ਰਹੀ ਆ ਵੀ ਜੇ ਤੁਸੀਂ ਕੋਈ ਜ਼ਿਆਦਾ ਹੀ ਤੁਹਾਨੂੰ ਕੋਈ ਮੇਨ ਵਜ੍ਹਾ ਤਾਂ ਹੀ ਤੁਸੀਂ ਆਪਣੇ ਘਰ ਤੋਂ ਬਾਹਰ ਜਾਓ ਨਹੀਂ ਬਾਹਰ ਨਾ ਜਾਓ ਆਪਣੇ ਘਰ ਦੇ ਵਿੱਚ ਹੀ ਰਹੋ ਜੇ ਤੁਹਾਨੂੰ ਕੋਈ ਸਿਹਤ ਦੇ ਪੱਖੋਂ ਹੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਜਿਹੜੇ ਕੰਮਕਾਰ ਤੇ ਵੀਰਾਂ ਨੇ ਜਾਣਾ ਤਾਂ ਹੀ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਜਾ ਸਕਦੇ ਆ ਜੇ ਤੁਹਾਨੂੰ ਕੋਈ ਸਿਹਤ ਲਈ ਕੋਈ ਐਮਰਜੈਂਸੀ ਆਉਂਦੀ ਆ ਵੀ ਕੋਈ ਪ੍ਰੋਬਲਮ ਪੈ ਗਈ ਤਾਂ ਉਹਦੇ ਵਿੱਚ ਵੀ ਤੁਸੀਂ ਆਓ ਤੋਂ ਚਾਤੀ ਵਿਕਾਸੇ ਉਹਨੇ ਭਰਨਾਈ ਪਹਿਲਾਂ ਤੇ ਉਹਦੇ ਵਿੱਚ ਫਿਲ ਕਰਕੇ ਜਿਹੜਾ ਤੁਹਾਡਾ ਮਤੀਵੋ ਆਈ ਉਹ ਕੋਈ ਸਟਰੋਂਗ ਮਤੀਵੋ ਹੋਣਾ ਚਾਹੀਦਾ ਜੀ ਮਤਲਬ ਵੀ ਤੁਸੀਂ ਐਦਾਂ ਹੁਣ ਘਰ ਤੋਂ ਬਾਹਰ ਨਹੀਂ ਜਾ ਸਕਦੇ ਤੇ ਹੁਣ ਇਸ ਤੋਂ ਬਾਅਦ ਹੀ ਚੱਲਦੇ ਆਪਾਂ ਨੈਕਸਟ ਅਪਡੇਟ ਵੱਲ ਜਿਹੜੀ ਕਿ ਨੈਕਸਟ ਅਪਡੇਟ ਆਈ ਉਹ ਹੈਗੀ ਹੈ ਨਿਊ ਡੀਪੀ ਸੇਮ ਦੇ ਨਾਲ ਰਿਲੇਟਡ ਜਿਵੇਂ ਕਿ ਜਿਹੜਾ ਹੀ ਹੁਣ ਨਵਾਂ ਡੀਪੀ ਸੇਮ ਆ ਉਹ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਇਹ ਕਦੋਂ ਤੋਂ ਕਦੋਂ ਤੱਕ ਆ ਤੇ ਇਹਦੇ ਵਿੱਚ ਜਿਵੇਂ ਕਿ ਹੁਣ ਲੂਨੇਦੀ ਤੋਂ ਦੱਸਿਆ ਗਿਆ ਈ ਸੋਮਵਾਰ ਤੋਂ ਵੀ 60 ਲੱਖ ਜਿਹੜੇ ਕੀ ਸਟੂਡੈਂਟਾਂ ਆਈ ਉਹਨਾਂ ਨੂੰ ਘਰ ਤੋਂ ਹੀ ਸਟੱਡੀ ਕਰਨੀ ਪੈਣੀ ਆਈ ਆਨਲਾਈਨ ਸਟੱਡੀ ਕਰਨਗੇ ਯੋਹੋ ਵੀ ਨਿਊ ਡੀਪੀਸੀਐਮ ਦੇ ਹਸਾਬ ਦੇ ਨਾਲ ਤੇ ਉਹਦੇ ਵਿੱਚ ਲਿਖਿਆ ਵੀ ਜਿਹੜੇ ਏਰੀਏ ਦੇ ਵਿੱਚ 250 ਕੇਸ ਪਾਏ ਜਾਂਦੇ ਆਈ ਤਕਰੀਬਨ 1 ਲੱਖ ਬੰਦੇ ਪਿੱਛੇ ਤਾਂ ਜਿਹੜੇ ਸਕੂਲ ਆਈ ਉਹਨਾਂ ਨੂੰ ਬੰਦ ਕਰ ਦਿੱਤਾ ਜਾਊਗਾ ਵੀ ਸਾਰੇ ਸਕੂਲ ਆਈ ਜਿਹੜੇ ਉਹ ਬੰਦ ਰਹਿਣਗੇ ਤੇ ਇਹ ਜਿਹੜਾ ਡਿਸੀਜਨ ਲੈਣਾ ਹੀ ਇਹੋ ਲੈਣਾ ਹੀ ਰਜੌਨੇ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜਿਹੜਾ ਡਿਸੀਜਨ ਲੈਣਾ ਜਿਹੜੀ ਇਹਦੀ ਕਮਾਂਡ ਦਿੱਤੀ ਗਈ ਆ ਤਾਂ ਉਹਦੇ ਹੱਥ ਦੇ ਵਿੱਚ ਦਿੱਤੀ ਗਈ ਆ ਵੀ ਜੇ ਕਿਸੇ ਏਰੀਏ ਦੇ ਵਿੱਚ 250 ਕੇਸ ਆਉਂਦਾ ਹੀ ਇੱਕ ਵੀਕ ਦੇ ਵਿੱਚ 1 ਲੱਖ ਬੰਦੇ ਦੇ ਪਿੱਛੇ ਤੇ ਹੁਣ ਇਸ ਤੋਂ ਬਾਅਦ ਚੱਲਦੇ ਆਂ ਜੀ ਆਪਾਂ ਜਿਹੜੀ ਨੈਕਸਟ ਅਪਡੇਟ ਵੱਲ ਜਿਹੜੀ ਕਿ ਵੈਕਸੀਨ ਆ ਵੀ ਹੁਣ ਤੱਕ ਜਿਹੜੀ ਇਟਲੀ ਦੇ ਵਿੱਚ ਕਿੰਨੇ ਬੰਦਿਆਂ ਨੂੰ ਦੇ ਦਿੱਤੀ ਗਈ ਆ ਇਹ ਗੱਲ ਕਰੀਏ ਜੇ ਆਪਾਂ ਜਿਹੜੀ ਦੂਜੀ ਡੋਜ਼ ਦੀ ਤਾਂ ਦੂਜੀ ਡੋਜ਼ ਆਈ ਜਿਹੜੀ ਉਹ 15 ਲੱਖ ਤੋਂ ਉੱਪਰ ਜਿਹੜੀ ਲੋਕਾਂ ਦੇ ਲਗਾ ਦਿੱਤੀ ਗਈ ਆ ਜਿਹੜੀ ਦੂਜੀ ਡੋਜ਼ ਆ ਤੇ ਗੱਲ ਕਰੀਏ ਪਹਿਲੀ ਡੋਜ਼ ਦੀ ਜਿਹੜੀ ਪਹਿਲੀ ਡੋਜ਼ ਆਈ ਉਹ ਤਕਰੀਬਨ ਆਲਮੋਸਟ ਹੀ 50 ਲੱਖ ਹੋਣੇ ਵਾਲਾ ਵੀ 50 ਲੱਖ ਬੰਦੇ ਦੇ ਜਿਹੜੀ ਪਹਿਲੀ ਡੋਜ਼ ਲੱਗ ਚੁੱਕੀ ਆ ਤੇ ਹੁਣ ਇਸ ਤੋਂ ਬਾਅਦ ਦੇਖਦੇ ਆਂ ਜੀ ਆਪਾਂ ਕੁਝ ਜਿਹੜੇ ਕੀ ਕੋਵਿਡ-19 ਦੇ ਕੇਸ ਤਾਂ ਯੂਰਪ ਦੇ ਵਿੱਚ ਸਭ ਤੋਂ ਪਹਿਲਾਂ ਇਹ ਗੱਲ ਕਰੀਏ ਜਰਮਨ ਦੀ ਤਾਂ ਜਰਮਨ ਦੇ ਵਿੱਚ ਜਿਵੇਂ ਹੁਣ 7:00 ਵਜੇ ਦੇ ਸਾਬਨ ਵਾਲੀ ਦੇਖੀ ਆ ਆਪਾਂ 5500 12 ਨਿਊ ਕੇਸ ਆਇਆ ਤੇ ਜਿਹੜੀ ਅੱਜ ਡੈਥ ਹੋਈ ਹੈ 156 ਲੋਕਾਂ ਦੀ ਡੈਥ ਹੋਈ ਆ ਤੇ ਹੁਣ ਤੱਕ ਹੀ ਜਰਮਨ ਦੇ ਵਿੱਚ ਜਿਹੜੀ ਆਲਮੋਸਟ ਡੈਥ ਡੈਥ ਹੋ ਚੁੱਕੀ ਹੈ ਇਹੋ 72163 ਬੰਦੇ ਦੀ ਡੈਥ ਹੋ ਚੁੱਕੀ ਆ ਤੇ ਗੱਲ ਕਰੀਏ ਆਪਾਂ ਟੋਟਲ ਕੇਸਾਂ ਦੀ 24 ਲੱਖ 990818 ਜਿਹੜੇ ਕੀ ਟੋਟਲ ਕੇਸ ਹੋ ਚੁੱਕੇ ਆ ਤੇ ਜਿਹੜੇ ਇਹਦੇ ਵਿੱਚੋਂ ਠੀਕ ਹੋਏ ਆ ਇਹੋ 22 ਲੱਖ 92100 ਬੰਦਾ ਹੀ ਠੀਕ ਹੋ ਚੁੱਕੇ ਆ ਤੇ ਜਿਹੜੇ ਕੀ ਹੁਣ ਐਕਟਿਵ ਕੇਸ ਆਈ ਜਰਮਨ ਦੇ ਵਿੱਚ 125552 ਜਰਮਨ ਦੇ ਵਿੱਚ ਐਕਟਿਵ ਕੇਸ ਆ ਤੇ ਗੱਲ ਕਰੀਏ ਜਿਹੜੇ ਆਈ ਸੀ ਯੂ ਦੇ ਵਿੱਚ ਆ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਇਹੋ ਹੈਗਾ 2848 ਬੰਦਾ ਸੀਰੀਅਸ ਵਾਰਡ ਦੇ ਵਿੱਚ ਆ ਤੇ ਇਸ ਤੋਂ ਬਾਅਦ ਹੀ ਗੱਲ ਕਰੀਏ ਆਪਾਂ ਪੁਰਤਗਾਲ ਦੀ ਤਾਂ ਪੁਰਤਗਾਲ ਦੇ ਵਿੱਚ ਜਿਹੜੇ ਅੱਜ ਨਿਊ ਕੇਸ ਆਏ ਆ ਇਹੋ 949 ਨਵੇਂ ਕੇਸ ਆਏ ਆ ਤੇ ਜਿਹੜੀ ਅੱਜ ਡੈਥ ਹੋਈ ਆਈ ਸਿਰਫ 28 ਜਾਨਾਂ ਦੀ ਡੈਥ ਸ਼ੋ ਹੋ ਰਹੀ ਹੈ। ਇਹ ਹਜੇ ਕੁਝ ਅਪਡੇਟ ਆਉਣ ਤੋਂ ਰਹਿੰਦੀ ਹੈ। ਅੱਜ ਥੋੜਾ ਜਿਹਾ ਲੇਟ ਆਈ। ਤਕਰੀਬਨ 7 ਵੀ ਵੱਜ ਚੁੱਕੇ ਹਨ ਪਰ ਜਿਹੜੀ ਹਜੇ ਕਨਫਰਮ ਅਪਡੇਟ ਆ ਨਹੀਂ ਰਹੀ। ਚੰਗੀ ਤਰ੍ਹਾਂ ਹਜੇ ਕੁਛ ਘੱਟ ਹੀ ਅਪਡੇਟ ਆ ਰਹੀ ਆ। ਵੀ ਜਿਹੜੇ ਪੂਰੇ ਕਨਫਰਮ ਕੇਸ ਆਈ ਉਹ ਥੋੜੇ ਜਿਹਾ ਲੇਟ ਚੜਨਗੇ। ਤੇ ਇਹ ਗੱਲ ਕਰੀਏ ਯੂ ਐਸ اے ਦੀ ਤਾਂ ਯੂ ਐਸ اے ਦੇ ਵਿੱਚ ਅੱਜ ਹੀ 5148 ਨਵੇਂ ਕੇਸ ਆਏ ਹਜੇ ਤੱਕ ਤੇ ਇੰਡੀਆ ਦੇ ਵਿੱਚ ਹੀ 17000 79 ਨਿਊ ਕੇਸ ਆਇਆ ਤੇ ਜਿਹੜੀ ਅੱਜ ਡੈਥ ਹੋਈ ਹੈਈ ਉਹ 105 ਜਣੇ ਦੀ ਡੈਥ ਹੋਈ ਆ ਤੇ ਇਹੀ ਸੀਗੀ ਅੱਜ ਆਪਣੀ ਛੋਟੀ ਜੀ ਅਪਡੇਟ ਤੇ ਮਿਲਦੇ ਆਈ ਫਿਰ ਤੁਹਾਨੂੰ ਅਗਲੀ ਅਪਡੇਟ ਦੇ ਵਿੱਚ ਹੋਰ ਖਬਰਾਂ ਦੇ ਨਾਲ ਤੇ ਵੀਡੀਓ ਨੂੰ ਸਾਰਿਆਂ ਨਾਲ ਹੀ ਸ਼ੇਅਰ ਜ਼ਰੂਰ ਕਰੇ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਕਿ ਜਿਹੜੀ ਆਪਣੀ ਇਨਫੋਰਮੇਸ਼ਨ ਹੁੰਦੀ ਆਈ ਸਾਰਿਆਂ ਤੱਕ ਪਹੁੰਚ ਸਕੇ ਤੇ ਥੋੜਾ ਜਿਹਾ ਗੱਡੀ ਦਾ ਧਿਆਨ ਰੱਖਿਓ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਣਾ ਹੀ ਸੌਦੇ ਪੱਤੇ ਲੈਣ ਜਾ ਰਹੇ ਆ ਤਾਂ ਸਿਰਫ ਤੁਸੀਂ ਇੱਕ ਜਣੇ ਨਹੀਂ ਹੀ ਜਾਣਾ ਹੁਣ ਮਾਰਕੀਟ ਦੇ ਵਿੱਚ ਜੇ ਤੁਹਾਨੂੰ ਪੁਲਿਸ ਨੇ ਚੈੱਕ ਕਰ ਲਈ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਜੇ ਤੁਸੀਂ ਦੋ ਬੰਦੇ ਆ